ਵੇਲੇ 500-500 ਦੇ ਨੋਟਾਂ ਦਾ ਹੁਣ ਮੀਂਹ ਵਰਨਾ ਦਰਸ਼ਕ ਵੀਰੋ ਖੇਡ ਮੈਦਾਨ ਵਿੱਚ ਲੈ ਵੀ ਤਲਵੰਡੀ ਵਾਲਿਆ ਲਾ ਦੇ 500 ਦੇ ਨੋਟ ਤੇ ਮੋਹਰ ਪਰ ਇਧਰਲੇ ਬੰਨੇ ਕਪੂਰਿਆਂ ਵਾਲਾ ਕਹਿੰਦੇ ਵੀ ਧੂੜਾਂ ਪੱਟ ਪਿੱਛੇ ਮੁੜਦਾ ਹੋਇਆ ਚੱਲ ਵੀ ਹੀਰਿਆ ਪਾ ਕਬੱਡੀ ਲਾ ਉਧਰਲੇ ਬੰਨੇ ਤਲਵੰਡੀ ਭਾਈ ਦਾ ਹੀਰਾ ਚੱਲ ਵੀ ਨੌਜਵਾਨਾਂ ਪਾ ਕਬੱਡੀ ਖੇਡ ਮੈਦਾਨ ਪਾਣੀਓ ਪਤਲਾ ਹੋ ਗਿਆ ਜੋ ਦੁੱਧ ਵਰਗਾ ਗਾੜਾ ਸੀ ਪਰ ਪਤਾ ਨੀ ਸੱਜਣ ਸਾਡਾ ਇੰਨਾ ਹੀ ਮਾੜਾ ਸੀ ਇਹ ਕਹਿੰਦੇ ਵੀ ਲਾਭ ਹੀਰਾ ਕਹਿੰਦਾ ਹੁੰਦਾ ਇੱਕ ਗੀਤ ਵਿੱਚ ਪਾਣੀਓ ਪਤਲਾ ਹੋ ਗਿਆ ਜੋ ਦੁੱਧ ਵਰਗਾ ਗਾੜਾ ਸੀ ਇੱਕ ਬੰਨੇ ਛਿੰਦਾ ਉਧਰਲੇ ਬੰਨੇ ਦੇਖਦੇ ਵੀ ਸੂਬਾ ਸਿੰਘ ਗਿੱਲ ਕਹਿਲਗਿਰੀ ਵਾਲੇ ਕਹਿੰਦੇ ਵੀ ਜਿੰਨੇ ਜਫੇ ਲੱਗਦੇ ਹੈ ਚੱਲ ਵੀ ਦਾਦਾ ਹੂਰ ਪਿੰਡ ਵਾਲਿਆ ਪਾ ਕਬੱਡੀ ਕਿ ਜਿਹੜੀ ਮਹਿੰਦੀ ਰੰਗ ਨਾ ਦੇਵੇ ਉਸ ਮਹਿੰਦੀ ਦਾ ਕਾਹਦਾ ਹੁੰਦਾ ਲਾਣਾ ਕਿ ਜਿੱਥੇ ਗਿਆ ਦੀ ਕਦਰ ਨਾ ਹੋਵੇ ਉੱਥੇ ਕਾਹਦਾ ਹੁੰਦਾ ਜਾਣਾ ਤੰਦਰੁਸਤੀਆਂ ਦੇਵੇ ਮਾਲਕ ਕੁਝ ਨੀ ਪੈਸੇ ਧੇਲੇ ਔਖੇ ਸੌਖੇ ਆਉਂਦੇ ਰਹਿੰਦੇ ਮਰਦਾਂ ਉੱਤੇ ਵੇਲੇ ਇੱਕ ਬੰਨੇ ਗਗਨ ਤਲਵੰਡੀ ਭਾਈ ਦਾ ਦੂਸਰੇ ਬੰਨੇ ਦਾਦਾ ਹੂਰ ਪਿੰਡ ਦਾ ਮਨਪ੍ਰੀਤ ਨੌਜਵਾਨ ਹੈ ਚੱਲ ਵੀ ਬਲਜੀਤ ਸਿਆ ਉਧਰਲੇ ਬੰਨੇ ਗਾਂਧੀ ਵੀਰਾਂ ਦਾ ਵੀ ਜੇ ਛਿੰਦਾ ਜਫਾ ਲਾਵੇ ਤੇ 500 ਰੁਪਇਆ ਬਲਜੀਤ ਤੇਰੀ ਕਬੱਡੀ ਦੇ ਉੱਪਰ ਲੱਗਾ ਹੈ ਚੱਲ ਵੀ ਨੌਜਵਾਨਾਂ ਟੂਰ ਪਰਿਵਾਰ ਦਾ ਖਿਡਾਰੀ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਵਿੱਚ ਮਾਨ ਕਰਦਾ ਸਰਦਾਰ ਦਰਸ਼ਨ ਸਿੰਘ ਤੂਰ ਵੀ ਕੌਡੀ ਵਿੱਚ ਮਸ਼ਹੂਰ ਕੀਤਾ ਇਹ ਨੌਜਵਾਨ ਨੇ ਖੋਸਾ ਰਦੀਰ ਪਿੰਡ ਕੀਤਾ ਕੌਡੀ ਚ ਮਸ਼ਹੂਰ ਵੀ ਉਧਰਲੇ ਬੰਨੇ ਦੇਖਦੇ ਵੀ ਮਸ਼ਹੂਰ ਕੀਤਾ ਪਿੰਡ ਇੱਕ ਬੰਨੇ ਫਿੱਡੂ ਹੈ ਤੇ ਦੂਸਰੇ ਬੰਨੇ ਬੋੜੇ ਨੂੰ ਲੱਗਾ ਹੱਥ ਹੈ ਮੇਰੇ ਵੀਰਿਓ ਇਹ ਬੋੜਾ ਹੈ ਨੌਜਵਾਨ ਕਿਉਂਕਿ ਕੱਲੀ ਕੱਲੀ ਕਬੱਡੀ ਤੇ ਕੱਲਾ ਕੱਲਾ ਜਫਾ ਲਿਖਿਆ ਜਾ ਰਿਹਾ 41-41 ਸੌ ਰੁਪਏ ਦੀ ਕਬੱਡੀ ਉਧਰਲੇ ਬੰਨੇ ਬੈਟ ਰੇਡਰ ਤੇ ਬੈਠੀ ਯਾਫੀ ਨੂੰ ਨਾਲ ਬਲਦੇਵ ਰਾਜ ਜੀ ਕਨੇਡਾ ਤੇ ਉਧਰਲੇ ਬੰਨੇ ਰਾਜਵਿੰਦਰ ਸੋਢੀ ਜੀ ਤੇ ਨਾਲ ਕਹਿੰਦੇ ਵੀ ਸੂਬਾ ਸਿੰਘ ਜੀ ਗਿੱਲ ਅੱਜ ਮਾਣ ਸਨਮਾਨ ਇਹਨਾਂ ਖਿਡਾਰੀਆਂ ਦੇ ਦੇਣੇ ਹੈ ਲਓ ਕਬੱਡੀ ਅਮਨ ਸੰਧੂ ਦੀ ਪੈਂਦੀ ਹੋਈ ਖੇਡ ਮੈਦਾਨ ਵਿੱਚ ਇੱਕ ਬੰਨੇ ਨੌਜਵਾਨ ਗੱਭਰੂ ਨਹੀਂ ਰੀਸਾਂ ਉਧਰਲੇ ਬੰਨੇ ਫੜਿਆ ਹੋਇਆ ਗੋਟਾ ਮਾਨ ਨੌਜਵਾਨਾਂ ਅਮਨ ਇਧਰਲੇ ਬੰਨੇ ਆ ਚੱਕ ਲਓ ਪੈਸੇ ਮੇਰੇ ਵੀਰਿਓ ਇਹਦਾ ਵਾਧਾ ਨੋਟਾਂ ਦਾ ਵੀ ਕਹਿੰਦੇ ਵੀ ਰੁਪਈਆਂ ਨੂੰ ਡਾਲਰਾਂ ਨੂੰ ਰੁਪਈਆਂ ਵਿੱਚ ਚੇਂਜ ਕਰਕੇ ਲੈ ਕੇ ਆਉਂਦਾ ਕਹਿੰਦੇ ਵੀ ਸਰਦਾਰ ਸੂਬਾ ਸਿੰਘ ਜੀ ਇੱਕ ਮੁੰਡਾ ਸਾਦੇ ਵਾਲੇ ਦਾ ਯਾਰ ਉਹ ਵਿੱਚ ਕਨੇਡਾ ਰਹਿੰਦਾ ਉਧਰਲੇ ਬੰਨੇ ਜਸਵੰਤ ਸਿੰਘ ਜੀ ਸਰਪੰਚ ਉਹਨਾਂ ਦੇ ਨਿੱਕੇ ਵੀਰ ਦੀਆਂ ਗੱਲਾਂ ਚੱਲ ਵੀ ਨੌਜਵਾਨਾਂ ਇੱਕ ਨੂੰ ਕਬੱਡੀ ਦਾ ਸ਼ੌਂਕ ਹੈ ਇੱਕ ਨੂੰ ਘਰ ਦੀ ਖੇਤੀਬਾੜੀ ਦਾ ਸ਼ੌਂਕ ਇੱਕ ਬੰਨੇ ਫਿੱਡੂ ਆਹ ਦੇਖੋ ਦਰਸ਼ਕ ਵੀਰੋ ਵਾ ਨੌਜਵਾਨਾਂ ਪਰ ਪੁਆਇੰਟ ਮੋਨੇ ਪੰਡੋਰੀ ਦਾ ਚੱਲ ਵੀ ਨੌਜਵਾਨਾਂ ਗੇਜੀ ਕਪੂਰਿਆਂ ਦੀ ਧਰਤੀ ਦਾ ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ ਸਿੱਖਦੇ ਰਹੀਏ ਨੀਵੇਂ ਬਹੀਏ ਜੇ ਕੋਈ ਗੱਲੇ ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ ਸੁਣ ਲਈਏ ਗੱਲ ਨਾ ਪਈਏ ਇਹ ਮੁੰਡਾ ਗੀਤ ਗਾਉਂਦਾ ਹੁੰਦਾ ਉਧਰਲੇ ਬੰਨੇ ਗੇਜੀ ਕਪੂਰਿਆਂ ਦਾ ਲੈ ਵੀ ਤਲਵੰਡੀ ਵਾਲਿਆ 41-41 ਸੌ ਕਹਿੰਦੇ ਵੀ ਇਧਰਲੇ ਬੰਨੇ ਦਿੱਤਾ ਜਾਣਾ ਤੇ ਨੌਜਵਾਨ ਕਪੂਰਿਆਂ ਵਾਲਾ ਗੇਜੀ ਕਹਿੰਦੇ ਵੀ ਬਸ ਆਸਾਨ ਜਿਹਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਚੱਲ ਵੀ ਹੀਰਿਆ ਪਾ ਕਬੱਡੀ ਨੌਜਵਾਨਾਂ ਕਹਿੰਦੇ ਵੀ ਖੇਡ ਮੈਦਾਨ ਦੇ ਵਿੱਚ ਨਾਰਾ ਸਲੀੜੇ ਵਾਲਾ ਗੇਜੀ ਲਈ ਮਾਨ ਭੇਜਦਾ ਚੱਲ ਵੀ ਨੌਜਵਾਨਾਂ ਹੀਰੇ ਤਲਵੰਡੀ ਦੀ ਪਾਈ ਹੋਈ ਕਬੱਡੀ ਉਧਰਲੇ ਬੰਨੇ ਲੱਲਿਆਂ ਵਾਲਾ ਬਲਦੇਵ ਤੇ ਤਲਵੰਡੀ ਦਾ ਲਾਲਾ ਇਧਰਲੇ ਬੰਨੇ ਬੋੜਾ ਮਾਂ ਨੌਜਵਾਨਾਂ ਕਿ ਮਾਂ ਬੋੜ ਦੀ ਛਾਂ ਤੇ ਰੱਬ ਦਾ ਨਾਂ ਪਿਆਰੇ ਇੱਕੋ ਜੇ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਇੱਕ ਬੰਨੇ ਹੀਰਾ ਦੂਸਰੇ ਬੰਨੇ ਬੋੜਾ ਇਹ ਲੱਗੀ ਪਈ ਜਾਨ ਇਧਰਲੇ ਬੰਨੇ ਮਾਂ ਨੌਜਵਾਨਾਂ 200 ਰੁਪਈਏ ਦੇ ਮਾਨ ਹੈ ਕਹਿੰਦੇ ਵੀ ਬੋੜੇ ਦੇ ਲਈ ਜਫਾ ਹੀਰੇ ਨੂੰ ਲੱਗਾ ਜਗਦੇਵ ਸਿੰਘ ਜੀ ਨੋਟ ਕਰਦੇ ਆ ਕੱਲੀ ਕੱਲੀ ਕਬੱਡੀ ਚੱਲ ਵੀ ਦਾਦਾ ਹੂਰ ਪਿੰਡ ਵਾਲਿਆ ਪਾਖ ਕਬੱਡੀ ਲੈ ਵੀ ਤਲਵੰਡੀ ਉਧਰਲੇ ਬੰਨੇ ਸਰਦਾਰ ਜਸਵੰਤ ਸਿੰਘ ਜੀ ਸਰਪੰਚ ਸਦਾ ਸਿੰਘ ਵਾਲਾ ਤੇ ਕੌਣ ਹੈ ਬਿੱਲਾ ਗਗੜੇ ਦੀ ਧਰਤੀ ਦਾ ਇਹਨੂੰ ਕਹਿੰਦੇ ਬਰਾਬਰ ਦੀ ਬੰਜ ਕਿ ਤਹਿ ਲਾ ਕੇ ਛੱਡੋ ਗੁੰਦਵੇਂ ਸਰੀਰ ਦੀ ਉਧਰਲੇ ਬੰਨੇ ਵੇਖੋ ਮੇਰੇ ਵੀਰੋ
ਪੁਤਲਿਆਂ ਤੇ ਹੋਈ ਪਈ ਟੱਕਰ, ਪੁੱਠਾ ਹੋ ਗਿਆ। ਕਹਿੰਦੇ ਜਿਵੇਂ ਸੱਪ ਲੜ ਕੇ ਪੁੱਠਾ ਹੋ ਜਾਂਦਾ, ਇਹ ਬਿੱਲਾ ਗਗੜੇ ਦੀ ਧਰਤੀ ਦਾ। ਕਹਿੰਦੇ ਵੀ ਜਾਸੋਰੀ ਮਾਨ ਕਰਦੇ ਆ, ਉਧਰਲੇ ਬੰਨੇ ਫਤਿਹਗੜੀਆ ਕਾਕਾ। ਕਹਿੰਦੇ ਵੀ ਬਿੱਟੂ ਭਾਗ ਤੁਰਿਆ, ਚੱਲ ਵੀ ਨਾ ਜੋ ਨਾ ਬਰਾਬਰ ਦੀ ਕਬੱਡੀ ਤੇ ਬਰਾਬਰ ਦਾ ਜਫਾ, ਚੱਲ ਵੀ ਬਲਜੀਤ ਕਬੱਡੀ 500 ਦੀ। ਲੈ ਵੀ ਬਿੱਟੂ, ਲੈ ਵੀ ਸ਼ਿੰਦਿਆ ਜੇ ਜਫਾ ਲਾਉਣਾ ਤੇ ਨੌਜਵਾਨਾਂ 500 ਰੁਪਇਆ ਗਾਂਧੀ ਵੱਲੋਂ, 500 ਰੁਪਇਆ ਕਹਿੰਦੇ ਵੀ ਸੂਬਾ ਸਿੰਘ ਦੀ ਗਿੱਲ ਕੈਲਗਰੀ ਕੈਨੇਡਾ ਤੇ ਜਸਵੰਤ ਸਿੰਘ ਦੀ ਸਰਪੰਚ ਸਾਡਾ ਸਿੰਘ ਵਾਲੇ ਨੇ ਮਾਣ ਦੇਣਾ ਮੇਰੇ ਵੀਰੋ, ਜਿਹੜਾ 1000 ਦੀ ਕਬੱਡੀ ਪੈ ਰਹੀ ਹੈ। ਇੱਕ ਬੰਨੇ ਸ਼ਿੰਦਾ, ਦੂਸਰੇ ਬੰਨੇ ਬਲਜੀਤ। ਕਹਿੰਦੇ ਵੀ ਉਧਰਲੇ ਬੰਨੇ ਰਾਜਵਿੰਦਰ ਸੋਢੀ ਸਾਹਿਬ ਜੀ, ਉਹਨਾਂ ਨੇ 500 ਰੁਪਏ ਦਾ ਐਲਾਨ ਕੀਤਾ ਵੀ ਤਲਵੰਡੀ ਭਾਈ ਦੇ ਜਿੰਨੇ ਜਾਫੀ ਜਾਫੇ ਲਾਉਣਗੇ ਉਹਨੇ ਜਿਹੜੇ 500 ਦਿੱਤੇ ਜਾਣਗੇ। ਲਓ ਜੀ ਨਾਰੇ ਵੀਰ ਦੇ ਵੱਲੋਂ, 100 ਰੁਪਇਆ ਬਲਜੀਤ ਖੋਸੇਰ ਧੀਰ ਦੇ ਲਈ ਹੈ। ਚੱਲ ਵੀ ਨੌਜਵਾਨਾਂ, 50,000 ਰੁਪਇਆ ਗਿੱਲ ਸਾਹਿਬ ਦੇ ਹੱਥਾਂ ਵਿੱਚ ਫੜਿਆ ਵੀ ਕਹਿੰਦਾ ਮੈਂ ਨੋਟਾਂ ਦਾ ਮੀਂਹ ਭਰਾ ਦੂੰਗਾ ਇੱਥੇ। ਲਓ ਸਾਹਮਣੇ, ਇਹ ਸਲੀਣੇ ਦੀ ਗੱਲ ਨਹੀਂ, ਜਿੱਥੇ ਵੀ ਕਬੱਡੀ ਦੇਖਣ ਜਾਂਦੇ ਹੈ ਭਾਵੇਂ ਆਪਣੇ, ਕਹਿੰਦੇ ਵੀ ਸ਼ਹਿਰ ਕੈਲਗਰੀ ਵਿੱਚ ਮੈਚ ਹੋਣ ਉੱਥੇ ਵੀ ਕਬੱਡੀ ਦੇ ਮੈਚ ਬਹੁਤ ਤਕੜੇ ਕਰਾਉਂਦੇ ਮੇਰੇ ਵੀਰ। ਇੱਕ ਬੰਨੇ ਅਮਨ ਤੇ ਦੂਸਰੇ ਬੰਨੇ ਰਮਣਾ ਤਲਵੰਡੀ ਭਾਈ ਦੀ ਧਰਤੀ ਦਾ। ਚੱਲ ਵੀ ਨੌਜਵਾਨਾਂ, ਪਾ ਵੀ ਪੰਡੋਰੀ ਪਿੰਡ ਵਾਲਿਆ ਬਲਦੇਵ ਸਿਆ, ਆਹ ਨੌਜਵਾਨ ਦੀ ਕਬੱਡੀ ਜਿਹੜੀ ਆਲੇ ਦਰਜੇ ਦੀ ਹੈ, ਬੜਾ ਠੰਡਾ ਤੇ ਬੜਾ ਸਾਊ ਖਿਡਾਰੀ ਹੈ ਇਹ। ਕਬੱਡੀ ਦਾ ਮੋਨਾ ਕਟੋਰੀ ਦੀ ਧਰਤੀ ਦਾ, ਯਾਰਾਂ ਦਾ ਯਾਰ, ਕਬੱਡੀ ਦਾ ਸੁਪਰ ਸਟਾਰ, ਖੇਡ ਮੈਦਾਨ ਕਬੱਡੀ ਪਾਉਂਦਾ। ਮੈਂ ਦੇਖਿਆ ਜਿੱਥੇ ਵੀ ਖੇਡਿਆ ਕਿਤੇ ਕਿਸੇ ਖਿਡਾਰੀ ਨਾਲ ਨਹੀਂ ਲੜਿਆ, ਕਿਸੇ ਰੈਫਰੀ ਨੂੰ ਵੱਧ ਘੱਟ ਨਹੀਂ ਬੋਲਿਆ, ਜਿੰਨੀ ਖੇਡ ਖੇਡੀ ਸਫਾਈ ਦੀ ਖੇਡੀ ਰੈਂਪੇ ਹਰਾਜ ਦੇ ਵਾਂਗੂ। ਉਧਰਲੇ ਬੰਨੇ ਡਬਲ ਟੈਗ ਹੋ ਚੁੱਕਾ ਤੇ ਪੁਆਇੰਟ ਜਿਹੜਾ ਅਮਨ ਪੰਡੋਰੀ ਦਾ। ਚੱਲ ਵੀ ਨੌਜਵਾਨਾਂ, ਪਾ ਕਬੱਡੀ ਗੇਜੀ ਕਪੂਰਿਆਂ ਦਾ, ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਵਿੱਚ। ਲਾ ਉਧਰਲੇ ਬੰਨੇ ਕਪੂਰਿਆਂ ਵਾਲਾ ਮੁੰਡਾ, ਕਹਿੰਦੇ ਵੀ ਪੱਖ ਖੋਸੇਰ ਧੀਰ ਦਾ ਵੀ ਪੂਰਦਾ, ਗਗੜੇ ਦਾ ਬਿੱਲਾ ਕਹਿੰਦੇ ਦਾਲ ਵਾਲਾ ਧਾਵੀਆਂ ਨੂੰ ਘੂਰਦਾ ਤੇ ਤਲਵੰਡੀ ਵਾਲਾ ਗਗਨਾ ਕਹਿੰਦੇ ਚੋਟੀ ਦੇ ਰੇਡਰਾਂ ਨੂੰ ਨੂੜਦਾ। ਉਧਰਲੇ ਬੰਨੇ ਦੇਖਦੇ ਵੀ ਤਗੜੇ ਤਗੜੇ ਰੇਡਰਾਂ ਨੂੰ ਨੂੜ ਦਿੰਦਾ ਗੱਭਰੂ, ਕਹਿੰਦੇ ਵੀ ਬਾਉਂਡਰੀ ਲਾਈਨ ਟੱਚ ਹੋ ਚੁੱਕੀ ਹੈ ਤੇ ਪੁਆਇੰਟ ਕਪੂਰਿਆਂ ਦੇ ਗੇਜੀ ਦਾ ਤੇ ਖੋਸੇਰ ਧੀਰ ਦੀ ਟੀਮ ਦੇ ਹਿੱਸੇ ਜਾ ਜੁੜਿਆ ਪੁਆਇੰਟ। ਜਿੰਨੇ ਵੀ ਪੰਜਾਬ ਪੁਲਿਸ ਵਾਲੇ ਵੀਰ ਪੁੱਜੇ ਹੈ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਚੱਲ ਵੀ ਨੌਜਵਾਨਾਂ, ਪਾ ਜਿਹੜੀ ਕਬੱਡੀ ਖੇਡ ਮੈਦਾਨ ਵਿੱਚ ਵੱਡੇ ਮਾਣ ਸਨਮਾਨ, ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੂਬਾ ਸਿੰਘ ਦੀ ਗਿੱਲ ਕੈਲਗਰੀ, ਜਿਨ੍ਹਾਂ ਨੇ ਪਹਿਲਾ ਮਾਣ ਸਨਮਾਨ 2009 ਦਾ ਸਾਲ 16 ਫਰਵਰੀ ਦਾ ਦਿਨ ਮੇਰੇ ਲਈ ਬੜਾ ਭਾਗਾਂ ਭਰਿਆ, ਕਹਿੰਦੇ ਵੀ ਸੀ ਡੀ ਡਿਲਕਸ ਮੋਟਰਸਾਈਕਲ ਦੇ ਮਾਣ ਦਿੱਤਾ ਤੇ ਉਧਰਲੇ ਬੰਨੇ ਬਲਵਿੰਦਰ ਸਿੰਘ ਦੀ ਵੀਡੀਓ ਹੋ ਰਹੀ, ਕਹਿੰਦੇ ਵੀ ਧਰਤੀ ਮਨਾਵੇਂ ਦੀ ਤੇ ਭਾਵੇਂ ਫਰੈਂਡ ਕਬੱਡੀ ਕਲੱਬ ਜੀਰੇ ਦੀ ਗੱਲ ਕਰੀਏ ਤੇ ਗੱਲ ਕਰੀਏ ਸ਼੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਕਰਿਆਲੇ ਵਾਲਿਆਂ ਦੀ, 4 ਜਿਹੜੇ ਮੋਟਰਸਾਈਕਲ ਹੈ ਮਾਣ ਸਨਮਾਨ ਵਿੱਚ ਇਹਨਾਂ ਭਰਾਵਾਂ ਨੇ ਦਿੱਤੇ ਹੈ। ਬਲਦੇਵ ਲੱਲੇ ਜੀ ਉਧਰਲੇ ਬੰਨੇ ਕੌਣ ਹੈ, ਕਹਿੰਦੇ ਵੀ ਧੀਰਾ ਗੱਭਰੂ ਹੈ, ਕਹਿੰਦੇ ਤਲਵੰਡੀ ਭਾਈ ਦੀ ਧਰਤੀ ਦਾ ਭੁੱਲਣੇ ਬੜੇ ਔਖੇ ਆ, ਜੁੰਡੀ ਦੇ ਯਾਰ ਤੇ ਪਹਿਲਾ ਪਿਆਰ ਕਿਸੇ ਨਾਲ ਖਾਰ ਤੇ ਪਿੰਡ ਪੁਰਾਣੇ। ਆ ਵੇਖੋ ਮੇਰੇ ਵੀਰਿਓ ਮੁੰਡਾ ਨਿੱਕਾ, ਕਹਿੰਦੇ ਵੀ ਗਾਡਰਾਂ ਵਰਗੇ ਧਾਵੀ ਜਿੰਨਾ ਡੱਕੇ ਹੁੰਦੇ ਆ, ਜਿੰਦਿਆਂ ਵਰਗੇ ਜਾਫੀ ਜਿੰਨਾ ਪੱਟੇ ਹੁੰਦੇ ਆ, ਸੱਚੀ ਗੱਲ ਉਹ ਯਾਰੋ ਵਿੱਚ ਮੈਦਾਨੀ ਛਾਈ ਜਾਂਦੇ ਆ 500 ਦੀ ਕੌਡੀ। ਲਓ ਸਾਹਮਣੇ ਇਧਰਲੇ ਬੰਨੇ ਪੈਣ ਲੱਗੀ ਹੈ ਸ਼ਿੰਦੇ ਆ, ਪੰਜ ਪੀਰ ਤੇ ਪੰਜ ਪਿਆਰੇ, ਪੰਜੇ ਦਰਿਆ ਪੰਜਾਬੀ, ਪੰਜਾਂ ਤੱਤਾਂ ਦਾ ਪੁਤਲਾ ਬਣਦਾ ਪੰਜੇ ਜਾਨ ਨਵਾਜੀ, ਪੜ੍ਹ ਲੈ ਗੁਰਮੁਖੀਆਂ ਤੂੰ ਕੀ ਸੋਚਦੀ ਭਾਬੀ। ਲਓ ਕਹਿੰਦੇ ਵੀ 500 ਉਧਰਲੇ ਬੰਨੇ ਸੋਢੀ ਸਾਹਿਬ, ਇਧਰਲੇ ਬੰਨੇ ਕਹਿੰਦੇ ਵੀ ਸੂਬਾ ਸਿੰਘ ਦੀ ਗਿੱਲ ਜਸਵੰਤ ਸਿੰਘ ਜੀ, ਉਧਰਲੇ ਬੰਨੇ ਬਲਦੇਵ ਰਾਜ ਜੀ, ਮਾਨ ਨੌਜਵਾਨਾਂ ਤੇ ਪੁਆਇੰਟ ਜਿਹੜਾ ਮੈਂ ਆਪ ਨਾ ਲਾਈਆਂ ਵੇ, ਨਾਰਾਇਣ ਸਿਆਂ ਲੱਗੀਆਂ ਮੱਲੋ ਜੋਰੀ, ਮੈਂ ਆਪ ਨਾ ਲਾਈਆਂ ਵੇ, ਨਾਰਾਇਣ ਸਿਆਂ ਲੱਗੀਆਂ ਮੱਲੋ ਜੋਰੀ।
ਥੋੜਾ ਥੋੜਾ ਵੀਰ ਜੀ ਪਿੱਛੇ ਹੋ ਜਾਓ, ਚੱਲ ਵੀ ਨੌਜਵਾਨਾਂ ਅਮਨ ਸੰਧੂ ਦੀ ਪਾਈ ਹੋਈ ਕਬੱਡੀ, ਕਿੰਨੀਆਂ ਕਬੱਡੀਆਂ ਕਾਣ ਪਾਉਂਦਾ, ਕਿੰਨੇ ਜੱਫੇ ਲਾ ਕੇ। ਆਦਰਲੇ ਬੰਨੇ ਬਲਦੇਵ ਸਿੰਘ ਜੀ ਲੱਲੇ ਵੱਡੇ ਮਾਨ ਭੇਜਦੇ ਹੈ ਮੇਰੇ ਵੀਰ ਧੀਰੇ ਜਾਫੀ ਦੇ ਲਈ। ਲਓ ਕਬੱਡੀ ਅਮਨ ਨੇ ਪਾਈ ਹੈ ਚਾਰੇ ਜਾਫੀ, ਪੂਰੇ ਕਹਿੰਦੇ ਵੀ ਪੰਜਾਬ ਦੇ ਮੰਨੇ ਜਾਫੀ ਹੈ। ਲਓ ਸਾਹਮਣੇ ਦੇਖਦੇ ਵੀ ਲਾਲੇ ਤਲਵੰਡੀ ਦਾ ਪੋਤਾ ਮੇਰਾ ਵੀਰ, ਪਿਤਾ ਪਰ ਪੂਤ ਨਸਲ ਪਰ ਘੋੜਾ, ਕਿ ਬਹੁਤਾ ਨੀ ਤਾਂ ਬਹੁਤਾ ਨੀ ਤਾਂ ਬਹੁਤਾ ਨੀ ਤਾਂ ਬਹੁਤਾ ਨੀ ਤਾਂ ਥੋੜਾ। ਵਾਹ ਨੌਜਵਾਨਾ, ਤੂੰ ਚੰਦਨ ਦੀ ਗੇਲੀ ਨੀ, ਤੈਨੂੰ ਕਿਸੇ ਨਾਗ ਨੇ ਗੋਲ ਗਲੂੰਡੀ ਪਾ ਲੈਣੀ। ਆ ਗੋਲ ਗਲੂੰਡੀ ਪਾਈ ਹੈ ਨੌਜਵਾਨ ਨੇ, ਨਾਲ ਹੀ ਜੋਫਾ ਲਾ ਦਿੱਤਾ ਖੇਡ ਮੈਦਾਨ ਵਿੱਚ। ਕਹਿੰਦੇ ਵੀ ਰਮਣਾ ਤਲਵੰਡੀ ਭਾਈ ਦਾ ਬਹੁਤ ਤਕੜਾ ਜੱਫਾ ਲਾ ਕੇ ਅਗਲੀ ਕਬੱਡੀ ਜਿਹੜੀ ਦਿੱਤੀ ਹੈ ਮੇਰਾ ਵੀਰ ਹੀਰਾ ਤਲਵੰਡੀ ਭਾਈ ਦਾ। ਤੂੰ ਜਿਸ ਰਾਏ ਵੀ ਤੁਰਨਾ ਹੈ, ਕਿਤੋਂ ਮੁੜਨਾ ਹੈ, ਉਸ ਮੋੜ ਤੇ ਟੱਕਰਾਂਗੇ। ਤੂੰ ਚੜ ਘੋੜੇ ਭਾਵੇਂ ਚੜ ਹਾਥੀ, ਅਸੀਂ ਲਾਹ ਜੋੜੇ ਤੈਥੋਂ ਬਾਅਦ ਗਚਰਾਂਗੇ। ਹੀਰੇ ਤੋਂ ਮਿੱਟੀ ਬਣ ਜਾ ਕੇ ਕਦੇ ਹੱਥ ਨਾ ਅੱਡਾਂਗੇ, ਤੂੰ ਜੋ ਵੀ ਕਰਨਾ ਕਰ ਲੈ, ਬੰਜ ਬਰਾਬਰ ਗੱਡਾਂਗੇ। ਉਧਰਲੇ ਬੰਨੇ ਜਸਵੰਤ ਸਿੰਘ ਜੀ ਸਰਪੰਚ ਸਦਾ ਸਿੰਘ ਵਾਲਾ ਸੂਬਾ ਗਿੱਲ, ਕਹਿੰਦੇ ਵੀ ਨਿੱਕਾ ਭਾਈ ਹੈ ਵੀਰ, ਵਿਸ਼ੇ ਤੌਰ ਤੇ ਪੁੱਜ 1000 ਕਰ ਦਿੱਤਾ। ਉਧਰਲੇ ਬੰਨੇ 500 ਰੁਪਇਆ ਸੋਢੀ ਸਾਹਿਬ ਤੇ ਕੌਣ ਹੈ ਬਿੱਲਾ, ਬਾਹਰ ਨਾ ਜਾਣਾ ਦੁੱਧ ਦੀ ਰਾਖੀ ਬਿੱਲਾ ਬੈਠਾ, ਹੱਥ ਪੈਰ ਤਾਂ ਮਾਰੂਗਾ। ਇਹ ਹੈ ਬਿੱਲਾ ਗਗੜੇ ਦੀ ਧਰਤੀ ਦਾ ਖੇਡ ਮੈਦਾਨ ਵਿੱਚ। ਕਪੂਰਿਆਂ ਦਾ ਗੇਜੀ ਹੈ ਨਹੀਂ ਰੀਸਾਂ, ਹੰਦੇ ਬੜੇ ਦੂਰ। ਵਾਹ ਨੌਜਵਾਨਾਂ, ਇਹਨੂੰ ਕਹਿੰਦੇ ਆ ਵਾਹ ਨੌਜਵਾਨਾਂ, ਪੁੱਤ ਬਣਾ ਕੇ ਛੱਡਣਗੇ ਵੈਲੀਆਂ ਦੇ ਮੋਹਰੀ ਨੂੰ। ਆ ਜਿਹੜਾ ਬੱਜਾਪਾ ਬਹੁਤ ਤਕੜਾ, ਔਰ 500 ਰੁਪਇਆ ਰਾਜਵਿੰਦਰ ਸੋਢੀ ਸਾਹਿਬ ਜੀ। ਉਧਰਲੇ ਬੰਨੇ 500 ਰੁਪਇਆ ਆਹ ਕਬੱਡੀ ਤੇ ਲੱਗ ਗਿਆ ਜੀ, ਸਾਡੇ ਵੀਰ ਜਸਵੰਤ ਸਿੰਘ ਜੀ ਸਰਪੰਚ ਤੇ ਮੇਰਾ ਵੀਰ ਸੂਬਾ ਸਿੰਘ ਜੀ ਗਿੱਲ ਸਾਹਿਬ। ਲਾ ਉਧਰਲੇ ਬੰਨੇ ਸਦਾ ਸਿੰਘ ਵਾਲਾ, ਜਿੱਥੇ ਵੀ ਪੁੱਜਦੇ ਵੱਡੇ ਮਾਨ ਰਾਜਵਿੰਦਰ ਸੋਢੀ ਸਾਹਿਬ ਜੀ, ਉਹ ਵੀ ਯਾਰਾਂ ਦਾ ਯਾਰ ਹੈ ਮੇਰੇ ਵੀਰੋ। ਵਿਸ਼ੇ ਤੌਰ ਤੇ 500 ਰੁਪਏ ਦੇ ਮਾਨ ਬਲਦੇਵ ਬਰਾੜ ਜੀ ਉਂਗਲਾਂ ਖੜੀਆਂ ਕਰਦੇ ਨੇ, ਔਰ ਵੱਡੇ ਵੱਡੇ ਆਦਰ ਸਤਿਕਾਰ ਉਹਨਾਂ ਵੱਲੋਂ ਦਿੱਤੇ ਜਾ ਰਹੇ ਆ ਬੋਲਾਂ ਤੋਂ ਖੁਸ਼ ਹੋ ਕੇ। ਔਰ ਉਧਰਲੇ ਬੰਨੇ ਨਾਰ ਸਲੀਣੇ ਵਾਲਾ ਵੀ ਮੇਰਾ ਵੀਰ ਵੱਡੇ ਮਹਾਨ ਹੈ। ਲੈ ਵੀ ਤਲਵੰਡੀ ਵਾਲਿਆ 41-41 100 ਰੁਪਇਆ ਦਿੱਤਾ ਜਾਣਾ। ਤੇ ਉਧਰਲੇ ਬੰਨੇ ਪੁਆਇੰਟ ਜਿਹੜਾ ਮਨਪ੍ਰੀਤ ਦਾਦਾ ਹੂਰ ਦੀ ਧਰਤੀ ਦਾ, ਕਿ ਦਿਲ ਦੇ ਵਿੱਚ ਸਜਾਇਆ ਸੁਪਨਾ ਉਦੋਂ ਸੱਚ ਹੋ ਜਾਣਾ, ਮਹਿੰਦੀ ਦੇ ਨਾਲ ਤਲੀਆਂ ਉੱਤੇ ਲਿਖਣਾ ਜਦੋਂ ਟਵਾਣਾ, ਛਮ ਛਮ ਕਰਦੀ ਡੋਲੀ ਮੇਰੀ, ਮਹਿਲ ਕਲਾਂ ਨੂੰ ਜਾਣੀ ਨੀ ਮਹਿੰਦੀ ਦੇ ਬੂਟੇ ਨੂੰ ਪਾ ਦੇ ਭਾਬੀ ਇਹ ਪਾਣੀ। ਉਧਰਲੇ ਬੰਨੇ ਦੇਖਦੇ ਵੀ ਅੱਜ ਸੁਪਨੇ ਕਿਸ ਗੜਾਰੀ ਦੇ ਸੱਚ ਹੋਣੇ ਆ। ਕਬੱਡੀ ਮੋਨੇ ਨੇ ਪਾ ਦਿੱਤੀ ਹੈ ਪੰਡੋਰੀ ਖੱਤਰੀਆਂ ਪਿੰਡ ਹੈ। 5000 ਰੁਪਇਆ ਮੇਰੇ ਵੀਰੋ, ਇਹ ਖੋਸੇ ਹਰਦੀਪ, ਕਹਿੰਦੇ ਵੀ ਹਰਦੀਪ ਦੀ ਟੀਮ ਜਿੱਤਦੀ ਹੈ। ਕਹਿੰਦੇ ਵੀ ਜਸਵੰਤ ਸਿੰਘ ਜੀ ਸਰਪੰਚ ਤੇ ਸੂਬਾ ਸਿੰਘ ਜੀ ਗਿੱਲ ਸਾਹਿਬ ਐਲਾਨ ਕਰਦੇ ਆ ਵੀ ਉਧਰਲੇ ਬੰਨੇ ਸਾਦਾ ਸਿੰਘ ਵਾਲਾ ਪਿੰਡ 5000 ਰੁਪਇਆ ਜਿਹੜਾ ਦਿੱਤਾ ਜਾਵੇਗਾ ਖੋਸੇ ਰਣਧੀਰ ਦੀ ਟੀਮ ਨੂੰ। ਉਧਰਲੇ ਬੰਨੇ ਬਲਦੇਵ ਬਰਾੜ ਜੀ ਉਹਨਾਂ ਦੇ ਨਾਲ ਰਾਜਵਿੰਦਰ ਸਿੰਘ ਜੀ ਸੋਢੀ ਸਾਹਿਬ। ਆਦਰਲੇ ਬੰਨੇ ਦੇਖਦੇ ਵੀ ਖੇਡ ਮੈਦਾਨ ਵਿੱਚ 500 ਰੁਪਇਆ ਹਰੇਕ ਜਾਫੇ ਦੇ ਉੱਪਰ ਦਿੱਤਾ ਜਾ ਰਿਹਾ। ਅੱਜ ਮੈਂ ਦੇਖਦਾ ਵੀ ਲੱਖਾਂ ਦਾ ਮੈਚ ਕਬੱਡੀ ਦੇ ਖੇਡ ਮੈਦਾਨ ਦੇ ਵਿੱਚ, ਬੋਰੀਆਂ ਨਿਚੋੜੀਆਂ ਤੇ ਰੱਸੇ ਬੜੇ ਚੜਿਆ, ਕਾਣਨੀ ਚੋਂ ਦੁੱਧ ਪੀਤਾ, ਕਹਿੰਦੇ ਮਲਾਈ ਸਣੇ ਕੜਿਆ, ਤਲਵੰਡੀ ਵਾਲੇ ਗਗਨੇ ਦਾ ਬੰਦਾ ਛੁੱਟਦਾ ਨਾ ਫੜਿਆ, ਜਾਣਦਾ ਵੀ ਧਾਵੀ ਗੁੱਟ ਜਿਹਦਾ ਫੜਿਆ। ਇੱਕ ਬੰਨੇ ਤਲਵੰਡੀ ਵਾਲਾ, ਕਹਿੰਦੇ ਵੀ ਉਧਰਲੇ ਬੰਨੇ ਅਮਨ ਸੰਧੂ ਹੈ, ਨੌਜਵਾਨ ਭਰਿਆ ਹੋਇਆ ਲੱਕ ਹੈ, ਵੱਜੀ ਹੋਈ ਕੈਂਟੀ ਹੈ।
ਰੇਡਰ ਦਾ ਜੀ, ਪੁਆਇੰਟ ਰੇਡਰ ਦਾ, ਸੱਚੀ ਬੋਲੀ ਹੈ ਪੁਆਇੰਟ ਰੇਡਰ ਦਾ। ਕਹਿੰਦੇ ਵੀ ਕਿਸਮਤ ਨੇ ਅਮਨ ਸੰਧੂ ਉਧਰਲੇ ਬੰਨੇ ਨੋਟ ਮਾਰੀ ਜਾਂਦਾ ਮੇਰਾ ਵੀਰ, ਖੇਡ ਮੈਦਾਨ ਵਿੱਚ ਦੇਖਦੇ ਆ ਮੁੰਡਾ ਗਿੱਲਾਂ ਦਾ ਵਿੱਚ ਗਰਾਊਂਡਾਂ ਦੇ ਨੋਟ ਕਿਤੇ ਵਾਰਦਾ, ਮੁੱਲ ਪਾਉਂਦਾ ਕਹਿੰਦੇ ਯਾਰ ਉਹ ਕਬੱਡੀ ਦੇ ਸਟਾਰ ਦਾ, ਸੂਬਾ ਸਿੰਘ ਗਿੱਲ ਫਿਰੇ ਖੇਡ ਮੈਦਾਨ ਵਿੱਚ ਨੋਟ ਵਾਰਦਾ, ਕੱਲੇ ਕੱਲੇ ਖਿਡਾਰੀ ਦਾ ਕਹਿੰਦੇ ਵੀ ਮੁੱਲ ਪਾਉਂਦਾ ਸੁਪਰ ਸਟਾਰ ਦਾ, ਔਰ ਦੇਣ ਨਹੀਂ ਦੇ ਸਕਦੇ ਅਸੀਂ ਜਸਵੰਤ ਸਿੰਘ ਗਿੱਲ ਵਰਗੇ ਯਾਰ ਦਾ। ਉਧਰਲੇ ਬੰਨੇ ਕਬੱਡੀ ਬਲਜੀਤ ਨੇ ਪਾਈ ਹੈ, ਇੱਕ ਬੰਨੇ ਸ਼ਿੰਦਾ ਇੱਕ ਬੰਨੇ ਬਲਜੀਤ, ਤੇ ਪੁਆਇੰਟ ਜਿਹੜਾ ਬਲਜੀਤ ਦਾ ਮੇਰੇ ਵੀਰੋ ਬਾਦੋਵਾਲ ਦੇ ਕਬੱਡੀ ਕੱਪ ਤੇ ਨੈਣੋ ਕਾਰ ਜਿੱਤੀ, ਜਿਸ ਸੀਜ਼ਨ ਕਹਿੰਦੇ ਵੀ ਲੰਡਿਆਂ ਵਾਲਾ ਜਾਂਟਾ ਉਸ ਕਬੱਡੀ ਕੱਪ ਦਾ ਉੱਤਮ ਜਾਫੀ। ਲਓ ਜਿਹੜੀ ਕਬੱਡੀ ਹੈ ਖੇਜੀ ਕਪੂਰਿਆਂ ਨੇ ਪਾ ਦਿੱਤੀ, 41 41 100 ਰੁਪਇਆ ਨਾਲ ਹੋਵੇਗਾ, ਨਾਲ ਹੋਣਗੇ ਕੱਪ, ਨਾਲ ਹੋਣਗੇ ਨਗਦ ਰਾਸ਼ੀ ਦੇ ਮਾਨ। ਇੱਕ ਬੰਨੇ ਤਲਵੰਡੀ ਭਾਈ ਔਰ ਦੂਸਰੇ ਬੰਨੇ ਖੋਸਾ ਤੀਰ ਅੱਗੇ ਦੀ ਕਪੂਰਿਆਂ ਦਾ। ਉਧਰਲੇ ਬੰਨੇ ਸਾਹਮਣੇ ਦੇਖਦਾ ਵੀ ਨੋਟ ਵਾਰ ਕੇ ਨਾਲ ਕਹਿੰਦੇ ਵੀ ਮਿੱਠੀ ਦੀ ਕੰਨ ਦੇ ਉੱਤੇ ਥਾਪੀ ਮਾਰੀ ਹੈ, ਔਰ ਠੀਕ ਆ ਜੀ ਵੀਰ ਨਾਰ ਸਲੀਨੇ ਵਾਲਾ ਧੰਨਵਾਦ ਆ ਜੀ ਤੁਹਾਡੇ। ਆ ਵੀ ਨੌਜਵਾਨਾਂ ਪਾ ਕਬੱਡੀ ਖੇਡ ਮੈਦਾਨ ਵਿੱਚ, ਲਓ ਉਧਰਲੇ ਬੰਨੇ ਬੋਰਡ ਤੇ ਨਾਲ ਕਹਿੰਦੇ ਵੀ ਖੇਡੂ, ਰੌਲਾ ਨੀ ਰੌਲਾ ਨੀ ਰੌਲਾ ਨੀ ਰੌਲਾ ਨੀ ਸ਼ਿੰਦੇ, ਕੋਈ ਗੱਲ ਨੀ ਕੋਈ ਗੱਲ ਨੀ ਕੋਈ ਗੱਲ ਨੀ, ਰੌਲਾ ਨੀ ਰੌਲਾ ਨੀ ਰੌਲਾ ਨੀ ਜੀ ਰੌਲਾ ਨੀ। ਰਾਲਾ ਨੀ ਫਿੱਟੂ ਕੋਈ ਗੱਲ ਨੀ ਕੋਈ ਗੱਲ ਨੀ, ਅੱਜ ਨਾ ਬਣੇ ਤੇ ਯਾਰੋ ਕੱਲ ਨਾ ਬਣੇ, ਦਾ ਪੇਜ ਸਿੱਖੇ ਬਿਨਾ ਗੱਲ ਨਾ ਬਣੇ, ਬਿੱਲੇ ਰਾਲਾ ਨੀ ਪਾਉਣਾ ਮੇਰੀ ਬੇਨਤੀ ਹੈ। ਕੱਲ ਵੀ ਦਾਦਾ ਹੂਰ ਪਿੰਡ ਵਾਲਾ ਉਧਰਲੇ ਬੰਨੇ ਬਲਜੀਤ ਦੀ ਕੌਡੀ ਤੇ 1000, ਜਿਹਨੇ ਜਫੇ ਤਲਵੰਡੀ ਦੀ ਟੀਮ ਲਾਉਂਦੀ ਹੈ ਰਾਜਵਿੰਦਰ ਸੋਢੀ ਸਾਹਿਬ ਜੀ 500, ਤੇ ਇਧਰਲੇ ਬੰਨੇ 2000 ਰੁਪਇਆ ਜੀ ਜਸਵੰਤ ਸਿੰਘ ਜੀ ਸਰਪੰਚ ਸਦਾ ਸਿੰਘ ਵਾਲਾ, ਤੇ ਨਾਲ ਕਹਿੰਦੇ ਵੀ ਸੂਬਾ ਸਿੰਘ ਜੀ ਗਿੱਲ ਕੈਲਗਰੀ ਸਦਾ ਸਿੰਘ ਵਾਲਾ। 2000 ਦੀ ਕਬੱਡੀ ਬਲਜੀਤ ਤੇਰੀ ਹੈ ਜੇ ਜਫਾ ਲੱਗ ਜਾਂਦਾ, ਤੇ ਇਧਰਲੇ ਬੰਨੇ ਨੌਜਵਾਨ ਕਾਲਾ ਗੱਭਰੂ ਦੇਖਦੇ ਵੀ ਖੇਡ ਮੈਦਾਨ ਵਿੱਚ ਨਹੀਂ ਰੀਸਾਂ ਅਡਹਟ ਪਿੱਛੇ ਨੌਜਵਾਨਾਂ, ਤੇ ਪੁਆਇੰਟ ਤਲਵੰਡੀ ਭਾਈ ਦੀ ਟੀਮ ਦੇ ਹਿੱਸੇ ਹੈ। ਅੱਜ ਸਵਾਦ ਆਇਆ ਜੇ ਪੂਰੇ ਮੈਚ ਵਿੱਚ ਕੇ ਸਵਾਦ ਆਇਆ, ਇੱਕ ਵਾਰੀ ਜ਼ੋਰ ਦਾ ਤਾੜੀ ਮਾਰ ਦਿਓ ਦਰਸ਼ਕ ਵੀਰੋ। ਮੈਚ ਬਹੁਤ ਤਕੜੇ ਹੋਏ, ਭਾਵੇਂ ਕਹਿੰਦੇ ਵੀ ਕੁਝ ਟੀਮਾਂ ਨੇ ਖੇਡ ਦੇ ਵਿੱਚ ਭਾਗ ਲਿਆ, ਕਹਿੰਦੇ ਵੀ 15 ਕਰੀਬ ਟੀਮਾਂ ਜਿਹੜੀਆਂ ਧਰਤੀ ਤੇ ਪੁੱਜੀਆਂ, ਪਰ ਦੂਸਰੇ ਰਾਊਂਡ ਤੋਂ ਲੈ ਕੇ ਸਾਰੇ ਮੈਚ ਦਰਸ਼ਕ ਵੀਰੋ ਲੱਖਾਂ ਰੁਪਏ ਦੇ ਹੋਏ ਹੈ ਇਸ ਖੇਡ ਮੈਦਾਨ ਦੇ ਵਿੱਚ। ਜਿੰਨੇ ਵੀ ਵੀਰ ਪੁੱਜੇ ਸਾਰਿਆਂ ਦਾ ਧੰਨਵਾਦ, ਕਬੱਡੀ 500 ਦੀ ਪੈਂਦੀ ਹੈ ਰਾਜਵਿੰਦਰ ਸੋਢੀ ਸਾਹਿਬ। ਉਧਰਲੇ ਬੰਨੇ ਜਿੰਨੇ ਜੱਫੇ ਲੱਗਦੇ ਹੈ ਅਮਨ ਸੰਧੂ, ਇੱਕ ਬੰਨੇ ਬਿੱਲਾ ਗਾਗੜੇ ਦੀ ਧਰਤੀ ਦਾ ਪੱਟੀ ਹੋਈ ਖੁੱਚ ਹੈ, ਨੌਜਵਾਨ ਗੱਭਰੂ ਦੇਖਦੇ ਵੀ ਭਰੇ ਹੋਇਆ ਕਲਾਬੇ ਵਿੱਚ, ਤੇ ਪੁਆਇੰਟ ਬਿਲਕੁਲ ਕੋਈ ਗੱਲ ਨੀ ਜੀ ਕੋਈ ਗੱਲ ਨੀ ਬਹੁਤ ਮਿਹਰਬਾਨੀ। ਮੈਚ ਸਮਾਪਤੀ ਵੱਲ ਹੈ, 19.5 ਤਲਵੰਡੀ ਭਾਈ, 11 ਜਿਹੜੇ ਖੋਸੇ ਧੀਰ ਦੇ ਆ ਜੀ। ਤਲਵੰਡੀ ਭਾਈ ਜੇਤੂ ਆ ਜੀ ਇਸ ਮੈਚ ਦੀ, ਫਸਟ ਤਲਵੰਡੀ ਭਾਈ ਤੇ ਸੈਂਗਲ ਖੋਸਾ ਧੀਰ 11 ਤਲਵੰਡੀ ਭਾਈ 19.5 ਹੈ। ਖੇਡ ਮੈਦਾਨ ਵਿੱਚ ਦੋਵਾਂ ਟੀਮਾਂ ਦੇ ਦਰਮਿਆਨ ਬਹੁਤ ਹੀ ਤਕੜਾ ਸੰਗਤਾਂ, ਲਾਲੀ ਸਲੀਨਾ ਜੀ ਵੱਡੇ ਮਾਨ ਭੇਜਦੇ ਹੈ। ਉਧਰਲੇ ਬੰਨੇ ਕਾਕਾ ਮੈਂਬਰ ਜੀ
ਇੱਕੋ ਮਿੰਟ ਜੀ, ਇੱਕੋ ਮਿੰਟ, ਆ ਜਿਹੜੇ ਮੈਨੂੰ ਦੱਸੋ ਜੀ, ਮੈਂ ਪੂਰੀ ਡਿਟੇਲ ਚ, ਇੱਕੋ ਮਿੰਟ ਜੀ, ਜਿਹੜਾ ਬਲਜੀਤ ਹੈ ਹੋਸਰ ਧੀਰ ਦਾ, ਉਹਨੇ ਜਿਹੜੀਆਂ ਕਬੱਡੀਆਂ 6 ਕਬੱਡੀਆਂ 6 ਪੁਆਇੰਟ ਪ੍ਰਾਪਤ ਕੀਤੇ ਆ, ਬਿੱਲਾ ਗਗੜੇ ਦਾ 3 ਅਟੈਕ ਤੇ 3 ਜਫੇ, ਇਹ ਜਿਹੜਾ ਬੈਟ ਰੇਡਰ ਬਲਜੀਤ ਖੋਸਰ ਧੀਰ, ਬੈਟ ਜਾਫੀ ਬਿੱਲਾ ਗਗੜਾ, ਦੋਵੇਂ ਤਲਵੰਡੀ ਭਾਈ ਦੇ ਆ, ਤਾੜੀਆਂ ਮਾਰ ਦੋ ਜੀ ਜ਼ੋਰਦਾਰ, ਦੋਵਾਂ ਟੀਮਾਂ ਨੂੰ ਮੁਬਾਰਕਬਾਦ। ਬੈਟ ਰੇਡਰ ਬਲਜੀਤ ਖੋਸਰ ਧੀਰ, ਬੈਟ ਜਾਫੀ ਬਿੱਲਾ ਗਗੜਾ, ਤੇ ਗੁਰੂ ਘਰ ਦੇ ਵਿੱਚ ਲੰਗਰ ਜਿਹੜੀਆਂ ਸੰਗਤਾਂ ਛੱਕ ਕੇ ਜਾਣ ਜੀ, ਆ ਜਾਓ ਜੀ ਦੋਵੇਂ ਟੀਮਾਂ। ਮੈਂ ਬੇਨਤੀ ਕਰਾਂਗਾ ਸ਼੍ਰੀ ਮਨ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇ ਵਾਲੇ, ਉਹ ਆਪਣੇ ਮੁਬਾਰਕ ਹੱਥਾਂ ਨਾਲ ਸਨਮਾਨ ਚਿੰਨ ਦੇਣਗੇ ਜੇਤੂ ਟੀਮਾਂ ਨੂੰ, ਨਾਲ ਨਗਦ ਰਾਸ਼ੀ 41-41 100 ਰੁਪਇਆ। ਉਧਰਲੇ ਬੰਨੇ ਰਾਜਵਿੰਦਰ ਸੋਢੀ ਜੀ, ਨਾਲ ਕਹਿੰਦੇ ਵੀ ਬਲਦੇਵ ਸਾਡੇ ਵਿਰਾਟ ਜੀ ਕੈਨੇਡਾ ਵਾਲੇ, ਸੂਬਾ ਸਿੰਘ ਜੀ ਗਿੱਲ ਕੈਲਗਰੀ, ਜਸਵੰਤ ਸਿੰਘ ਜੀ ਸਰਪੰਚ ਸਦਾ ਸਿੰਘ ਵਾਲਾ, ਵੱਡੇ ਜਿਹੜੇ ਮਾਨ ਸਨਮਾਨ ਹੈ ਇਹਨਾਂ ਟੀਮਾਂ ਲਈ ਦਿੱਤੇ। ਔਰ ਦੋਵੇਂ ਟੀਮਾਂ ਫਸਟ ਔਰ ਸੈਕੰਡ ਪ੍ਰਾਈਜ ਲੈ ਲੈਣ, ਬੇਨਤੀ ਹੈ ਵੱਡੇ ਜਿਹੜੇ ਮਾਨ ਸਨਮਾਨ। ਫਸਟ ਲਈ ਟੀਮ ਤਲਵੰਡੀ ਭਾਈ ਗਗਨ ਰਾਜੀ, ਇੱਧਰ ਆਓ ਹੀਰੇ ਮੋਨਾ ਪੰਡੋਰੀ ਬਲਜੀਤ ਖੋਸਰ ਧੀਰ, ਬੇਨਤੀ ਹੈ ਬਲਜੀਤ ਸਿੰਘ ਵੀ ਇੱਧਰ ਆ ਨੌਜਵਾਨਾਂ, ਤਲਵੰਡੀ ਭਾਈ ਦੇ ਸਾਰੇ ਜਿਹੜੇ ਖਿਡਾਰੀ ਹੈ, ਮੁਬਾਰਕਬਾਦ ਹੈ ਤਲਵੰਡੀ ਭਾਈ ਨੂੰ ਫਸਟ। ਤਲਵੰਡੀ ਭਾਈ ਦੇ ਸੈਕੰਡ ਲਈ ਜਿਹੜੀ ਟੀਮ ਹੈ ਉਹ ਖੋਸਰ ਧੀਰ ਦੀ ਹੈ। ਡਾਕਟਰ ਹਰਜੀਤ ਜੀ ਉਹ ਖੇਡ ਮੈਦਾਨ ਦੇ ਵਿੱਚ ਆਉਣ ਜੀ, ਤਲਵੰਡੀ ਭਾਈ ਦੇ ਪਲੇਅਰ ਜਿਹੜੇ ਯਾਦ ਕਰਦੇ ਆ। ਡਾਕਟਰ ਹਰਜੀਤ ਜੀ ਇੱਧਰ ਆਓ, ਤੁਹਾਡੇ ਘਰ ਦੀ ਟੀਮ ਹੈ, ਘਰ ਦੀ ਗੱਲ ਘਰ ਵਿੱਚ ਰਹਿ ਜੇ, ਏਦੂ ਕੀ ਚੰਗਾ ਨਹੀਂ। ਔਰ ਇਹ ਜਿਹੜੇ ਮਾਨ ਸਨਮਾਨ ਹੈ ਜੇਤੂ ਟੀਮ ਦੇ, ਬਾਕੀ ਥੋੜਾ ਘੇਰਾ ਖੁੱਲਾ ਕਰ ਲਓ ਜੀ, ਘੇਰਾ ਖੁੱਲਾ ਕਰ ਲਿਆ ਜਾਵੇ। ਮੁਬਾਰਕ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਸੂਬਾ ਸਿੰਘ ਜੀ ਗਿੱਲ ਹੋਰਾਂ ਦਾ, ਪਰਮਾਤਮਾ ਉਮਰ ਵੱਡੀ ਦੇਵੇ ਰਾਜਵਿੰਦਰ ਸੋਢੀ ਜੀ ਨੂੰ, ਬਲਦੇਵ ਬਰਾੜ ਜੀ ਨੂੰ, ਉਧਰਲੇ ਬੰਨੇ ਪੂਰੀ ਜਿਹੜੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਟੂਰਨਾਮੈਂਟ ਕਮੇਟੀ, ਜਿਨ੍ਹਾਂ ਦੇ ਸਹਿਯੋਗ ਨਾਲ ਪੂਰਾ ਪਿੰਡ ਸਲੀਣਾ, ਉਹਨਾਂ ਦੇ ਨਗਰਾਂ ਦੀਆਂ ਜਿਹੜੀਆਂ ਗ੍ਰਾਮ ਪੰਚਾਇਤਾਂ, 5 ਸਰਪੰਚ ਸਾਹਿਬਾਨ, ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੱਡੀ ਆਪਣੀ ਦਸਾਂ ਨਾਂ ਦੀ ਕਿਰਤ ਕਮਾਈ ਵਿੱਚੋਂ ਵੱਡੇ ਮਾਨ ਸਨਮਾਨ ਦਿੱਤੇ ਇਸ ਕਬੱਡੀ ਦੇ ਮਹਾਂਕੁੰਭ ਨੂੰ। ਫਸ ਰਹੀ ਟੀਮ ਜਿਹੜੀ ਤਲਵੰਡੀ ਭਾਈ ਹੈ, ਉਹ ਆਪਣਾ ਮਾਣ ਸਨਮਾਨ ਲੈਂਦੀ ਹੋਈ ਘੇਰਾ ਖੁੱਲਾ ਕਰ ਲਓ ਜੀ, ਘੇਰਾ ਖੁੱਲਾ ਕਰ ਲਿਆ ਜਾਵੇ। ਸੈਕੰਡ ਰਹੀ ਟੀਮ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਪਿਆਰ ਨਾਲ ਸੁਖਵਿੰਦਰ ਜੀ, ਹੁਣ ਛੱਡੋ ਖੜਾ, ਬਹੁਤ ਧੰਨਵਾਦ। ਇਹ ਅੱਜ ਦੀ ਫਸਟ ਰਹੀ ਟੀਮ ਜਿਹੜੀ, ਬਹਿ ਜਾਓ ਜੀ, ਬਹਿ ਜਾਓ, ਬਹੁਤ ਮਿਹਰਬਾਨੀ। ਪੰਜਾਬ ਲਾਈਵ ਨੰਬਰ 1 ਔਰ ਬਹੁਤ ਪਿਆਰੀ ਵੈਬਸਾਈਟ ਹੈ, ਔਰ ਖੇਡ ਮੈਦਾਨ ਵਿੱਚ ਵੱਡੇ ਮਾਨ ਹੈ ਸਾਰੇ ਵੀਰਾਂ ਦੇ, ਇੰਦਰਜੀਤ, ਗਗਨ, ਰੀਟਾ, ਸਾਡੇ ਦੁਆਰੇ ਵੀਰ ਹੋਰੀ ਜਿਨ੍ਹਾਂ ਨੇ ਬਹੁਤ ਪਿਆਰੀ ਸੇਵਾ ਨਿਭਾਈ, ਗੱਬਰ ਸਾਉਂਡ ਉਮਰੀਆਣਾ ਜਿਨ੍ਹਾਂ ਨੇ ਬਹੁਤ ਪਿਆਰੀ ਬੁਲੰਦ ਆਵਾਜ਼ ਦਿੱਤੀ ਇਸ ਕਬੱਡੀ ਦੇ ਟੂਰਨਾਮੈਂਟ ਨੂੰ, ਉਹਨਾਂ ਦਾ ਵੀ ਧੰਨਵਾਦ ਹੈ। ਟੈਂਟ ਵਾਲੇ ਵੀਰ ਦਾ ਵੀ ਧੰਨਵਾਦ,
ਸੈਕੰਡਰੀ ਟੀਮ ਖੋਸਾ ਰਣਧੀਰ ਜੀ, ਉਹ ਟੀਮ ਆਵੇ ਜੀ ਖੋਸਾ ਰਣਧੀਰ, ਸੈਕੰਡਰੀ ਟੀਮ ਗੇਦੀ ਹੋਰੀ, ਮਨਪ੍ਰੀਤ ਹੋਰੀ, ਸ਼ਿੰਦਾ ਫਿੱਡੂ ਵੀਰ ਹੋਰੀ। ਹਾਂਜੀ ਇਹ ਟੀਮ ਜਿਹੜੀ ਮਿਹਰਬਾਨੀ ਹੈ ਸੈਕੰਡਰੀ ਟੀਮ, ਵੱਡੇ ਮਾਣ ਸਨਮਾਨ ਯਾਦਗਾਰੀ ਤਸਵੀਰਾਂ ਖੇਡ ਮੈਦਾਨ ਦੇ ਵਿੱਚ। ਖਿੱਚਦੇ ਦੀਵਾਰ ਸਿਆ ਖਿੱਚਦੇ, ਇੱਕੋ ਮਿੰਟ ਜੀ। ਔਰ ਇਹ ਜਿਹੜੇ ਮਾਣ ਸਨਮਾਨ ਦਿੱਤੇ ਜਾ ਰਹੇ ਹੈ ਖੋਸਾ ਰਣਧੀਰ ਦੀ ਟੀਮ ਜਿਹੜੀ ਸੈਂਗਲ ਰਹੀ ਹੈ ਇਸ ਕਬੱਡੀ ਟੂਰਨਾਮੈਂਟ ਦੀ, ਔਰ ਮੁਬਾਰਕਬਾਦ ਇਸ ਟੀਮ ਨੂੰ। ਸਾਡੇ ਵੀਰਾਂ ਨੂੰ ਪਰਮਾਤਮਾ ਕਰੇ ਦਿਨ ਦੁੱਗਣੀ ਰਾਤ ਚੌਗਣੀ, ਸਾਡੇ ਵੀਰ ਤਰੱਕੀਆਂ ਕਰਨ। ਪੰਜਾਬ ਦਾ ਉਧਰਲੇ ਬੰਨੇ ਨਾਰਾ ਸਲੀਣਾ ਜੀ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਔਰ ਬੈਟ ਰੇਡਰ ਬੈਟ ਯਾਫੀ ਦੇ ਵੀ ਸਨਮਾਨ ਕਰ ਦਿਓ ਜੀ, ਹਰਭਜਨ ਸਿੰਘ ਜੀ ਪ੍ਰਧਾਨ ਸਾਹਿਬ, ਡਾਕਟਰ ਹਰਜੀਤ ਜੀ, ਮਾਸਟਰ ਗੁਰਬੀਰ ਜੀ, ਬੈਸਟ ਰੇਡਰ ਦੇ ਬੈਠੇ ਯਾਫੀ ਦੇ ਜੱਸੇ, ਸਨਮਾਨ ਦੇ ਦਿਓ ਮੇਰੇ ਵੀਰ। ਬੈਸਟ ਰੇਡਰ ਬਲਜੀਤ ਖੋਸਾ ਰਣਧੀਰ, ਬੈਠ ਯਾਫੀ ਬਿੱਲਾ ਗਗੜਾ ਜੀ, ਇਕਤਾਲੀ ਸੌ ਰੁਪਇਆ ਜਿਹੜੇ ਸਨਮਾਨ ਦਿੱਤੇ ਜਾਣੇ ਹੈ। ਆਓ ਉਧਰਲੇ ਬੰਨੇ ਮਾਣ ਸਨਮਾਨ ਪੂਰੀ ਟੂਰਨਾਮੈਂਟ ਕਮੇਟੀ ਵੱਲੋਂ, ਸ੍ਰੀ ਮਾਨ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇ ਵਾਲਾ, ਉਹਨਾਂ ਦੇ ਸਨਮਾਨ ਹੋ ਰਹੇ ਆ। ਕਿਰਪਾ ਕਰਕੇ ਮੇਰੀ ਬੇਨਤੀ ਹੈ ਘੇਰਾ ਖੁੱਲਾ ਕਰ ਲਓ। ਔਰ ਇਹ ਮਾਨ ਸਨਮਾਨ ਬੋਲੇ ਸੋ ਨਿਹਾਲ, ਮਹਾਂਪੁਰਸ਼ਾਂ ਦੀ ਵੱਡੀ ਹਾਜ਼ਰੀ ਵਿੱਚ ਮਾਨ ਸਨਮਾਨ ਦਿੱਤੇ ਗਏ ਹੈ। ਇਲਾਕੇ ਵਿੱਚ ਜਿੱਥੇ ਵੀ ਕਬੱਡੀ ਦਾ ਟੂਰਨਾਮੈਂਟ ਹੋਵੇ, ਸ੍ਰੀ ਮਾਨ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇ ਵਾਲਾ ਵਿਸ਼ੇ ਤੌਰ ਤੇ ਪੁੱਜ ਆਪਣੇ ਮੁਬਾਰਕ ਹੱਥਾਂ ਨਾਲ ਇਹ ਮਾਨ ਸਨਮਾਨ ਬਣਦੇ ਹੈ। ਭਾਵੇਂ ਗੱਲ ਕਰੀਏ ਸ੍ਰੀ ਮਾਨ ਸੰਤ ਬਾਬਾ ਫਤਿਹ ਸਿੰਘ ਜੀ ਜੋਗੇ ਵਾਲਾ ਖੋਸਾ ਕੋਟਲਾ ਤੇ, ਭਾਵੇਂ ਗੱਲ ਕਰੀਏ ਸ੍ਰੀ ਮਾਨ ਸੰਤ ਬਾਬਾ ਪਾਲਾ ਸਿੰਘ ਜੀ ਕੰਡਿਆਲ ਵਾਲੇ, ਤੇ ਭਾਵੇਂ ਗੱਲ ਕਰੀਏ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣਾ, ਵੱਡੇ ਮਾਨ ਸਨਮਾਨ ਪੁੱਜ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਤੇ ਯਾਦਗਾਰੀ ਚਿੰਨ ਦਿੰਦੇ ਹੈ। ਔਰ ਬੈਸਟ ਰੇਡਰ ਜੋ ਹੈ ਇਸ ਕਬੱਡੀ ਟੂਰਨਾਮੈਂਟ ਦਾ ਬਲਜੀਤ ਖੋਸਾ ਰਣਧੀਰ, ਬੈਟ ਯਾਫੀ ਮੇਰਾ ਵੀਰ ਬਿੱਲਾ ਗਗੜਾ, ਇਹਨਾਂ ਦੇ ਮਾਣ ਸਨਮਾਨ ਹੋ ਰਹੇ ਹੈ। ਧੰਨਵਾਦ ਕਰਦੇ ਹੈ ਜਗਤਾਰ ਮੇਰਾ ਵੀਰ ਵੈਲਕਮ ਸਾਊਂਡ ਐਂਡ ਜਾਲੀ, ਉਹਨਾਂ ਦਾ ਵੀ ਟੈਂਟ ਵਾਲੇ ਵੀਰ ਦਾ ਵੀ ਧੰਨਵਾਦ ਹੈ, ਜਿਹਨਾਂ ਨੇ ਬਹੁਤ ਵੱਡਾ ਜਿਹੜਾ ਪ੍ਰਬੰਧ ਕੀਤਾ। ਪੰਜਾਬ ਲਾਈਵ ਨੰਬਰ 1 ਦਾ ਵੀ ਧੰਨਵਾਦ। ਭਿੰਦਰ ਰੰਡਿਆਲੇ
ਲਓ ਜੀ ਇਸ ਦੇ ਨਾਲ ਹੀ ਅੱਜ ਦਾ ਇਹ ਕਬੱਡੀ ਟੂਰਨਾਮੈਂਟ ਸਮਾਪਤੀ ਵੱਲ ਵੱਧਦਾ। ਆਪਾਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਾਂਗੇ। ਜਿਸ ਤਰ੍ਹਾਂ ਇਹ ਸਾਲ ਕਬੱਡੀ ਦਾ ਟੂਰਨਾਮੈਂਟ ਬਹੁਤ ਸਤਿਕਾਰ ਨਾਲ ਕਰਾਇਆ ਗਿਆ, ਆਉਂਦੇ ਸਾਲ ਵੀ ਜਿਹੜਾ ਕਬੱਡੀ ਦਾ ਟੂਰਨਾਮੈਂਟ ਹੈ ਕਮੇਟੀ ਵਾਲੇ ਵੀਰ ਉਹਨਾਂ ਦੇ ਸਿਰ ਦੇ ਉੱਪਰ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ, ਇਸੇ ਤਰ੍ਹਾਂ ਹੀ ਮਿਲ ਜੁਲ ਕੇ ਕਬੱਡੀ ਦਾ ਟੂਰਨਾਮੈਂਟ ਕਰਾਉਂਦੇ ਰਹਿਣ। ਆਪਾਂ ਇੱਕ ਜਕਾਰਾ ਛੱਡ ਇਹ ਟੂਰਨਾਮੈਂਟ ਦੀ ਸਮਾਪਤੀ ਕਰਾਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਲ ਹੀ ਜਿਹੜੇ ਵੱਡੇ ਆਦਰ ਸਤਿਕਾਰ ਬਖਸ਼ੇ ਜਾ ਰਹੇ ਨੇ, ਪੰਜਾਬ ਪੁਲਿਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ, ਵੱਡਾ ਧੰਨਵਾਦ।